ਇਸ਼ੂ ਦਾ ਮਤਲਬ ਇਹ ਹੈ ਵੀ ਇਹ ਥ੍ਰੈਟ ਕਰ ਰਹੇ ਨੇ ਮੈਨੂੰ ਗੱਲ, ਮੈਂ ਇਹ ਸਾਰਿਆਂ ਦੇ ਨੋਟਿਸ ਲਿਖਾਦਾ ਵੀ ਅਗਰ ਕੱਲ੍ਹ ਨੂੰ ਮੇਰਾ ਕੋਈ ਨੁਕਸਾਨ ਹੁੰਦਾ ਤਾਂ ਇਹ DGP ਸੁਰੇਸ਼ ਅਰੋੜਾ ਔਰ ਇਹ ਸਰਕਾਰ ਜਿਹੜੀ ਹੈ ਇਹ ਪਰਸਨਲੀ ਜ਼ਿੰਮੇਵਾਰ ਇਸ ਗੱਲ ਲਈ ਹੋਏਗੀ, ਮੈਂ ਮਰ ਗਿਆ ਜਾਂ ਬਚ ਗਿਆ ਆਪਣਾ ਬਸ। ਕੱਲ੍ਹ ਦੀ ਗੱਲ ਹੈ, ਮੇਰੀ ਜਿਹੜੀ ਗੱਲ ਹੋਈ ਹੈ, ਮੀਟਿੰਗ ਹੋਈ ਹੈ, ADG ਇੰਟੈਲੀਜੈਂਸ ਨਾਲ ਹੋਈ ਹੈ, ਮੈਨੂੰ ਕਹਿੰਦਾ ਗੱਲ ਮੈਂ ਵਿਦਡਰਾ ਕਰ ਲਾਂਗੇ, ਪਰਚਾ ਦੇ ਕੇ ਉਹ ਤ੍ਰਿਪੜੀ ਵਾਲਾ ਜਿਹੜਾ ਕਬਰ ਸੰਧੂ ਵਾਲਾ ਉਹਦੇ ਅੰਦਰ ਦੇ ਦਾਂਗੇ, ਜੇਲ੍ਹ 'ਚ ਬੈਠਾ ਨਹੀਂ, 50 ਲੱਖ ਤੂੰ ਭੁੱਲ ਜਾ ਕੇ ਤੈਨੂੰ ਮਿਲਦੇ। ਮੈਂ ਕਿਹਾ ਜੀ ਕੋਈ ਨਹੀਂ, ਮੈਂ ਤੁਹਾਡੇ ਤੋਂ ਮੰਗਦਾ ਨਹੀਂ, ਨਾ ਮੈਂ ਮੰਗਿਆ, ਮੈਂ ਤਾਂ ADUT ਨਾਲ ਗੱਲ ਕੀਤੀ, ਬਾਕੀ ਜਦ ਤੱਕ ਮੇਰੇ ਸਾਹ ਹੈਗਾ ਮੈਂ ਬੋਲਾਂਗਾ, ਮੈਂ ਇੱਕ ਪਰੀ ਕਰ ਲਾਂਗਾ। ਮੇਰਾ ਖਿਆਲ ਹੈ ਜਿਸ ਦਿਨ ਇਹ ਮਾਰਕੀਟ ਚ ਆਏਗੀ ਔਰ ਮੈਂ ਉੱਥੇ ਦਰਬਾਰ ਸਾਹਿਬ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੇ ਸਿਰ ਤੇ ਇਹਨੂੰ ਰੀਲ ਕਰੂੰਗਾ, ਜਿਹਦੇ ਤੇ ਇੱਕ ਵੀ ਗੱਲ ਝੂਠੀ ਹੋਵੇ ਤਾਂ ਮੈਂ ਜਿੱਤੀ ਉਹਦਾ ਹੱਕਦਾਰ। ਦੇਖੋ ਗੱਲ ਇਹ ਹੈ ਵੀ ਹੁਣ ਸੁਰੇਸ਼ ਅਰੋੜਾ ਸਾਰੇ ਲੋਕ ਕਹਿੰਦੇ ਜੀ ਬੜਾ ਸ਼ਰੀਫ ਆਦਮੀ ਹੈ, ਜਿੰਨੀ ਦੁਨੀਆਂ ਇਹਨੇ ਮਾਰੀ ਹੈ ਇੰਨੀ ਕਿਸੇ ਨੇ ਮਾਰੀ, ਆਲਮ ਨੇ ਨਹੀਂ ਮਾਰੀ, ਸੈਣੀ ਨੇ, ਵਿਰਕ ਉੱਥੇ DIGC CRP ਉਹਦੇ ਕੋਲ ਸੁੱਖੀ ਇੱਕ 6 ਬੰਦੇ ਸੀ ਜਿਹੜੇ ਸਾਰੇ ਖਾਤੂ 5-5 ਲੱਖ ਵਾਲੇ ਨਾਮ ਅੰਮ੍ਰਿਤਪਾਲ ਖਾਲਸਾ, ਸੱਤਾ, ਰੰਗਾ, ਬਿੱਲਾ, ਉਹ ਚੁੱਪ ਕਰ ਸ਼ਾਮ ਨੂੰ ਕੀੜੇ ਪਾਲੇ ਬੰਨ ਕੇ ਗੋਲੀਆਂ ਮਾਰ ਜਾਂਦੇ ਨੇ। ਅਰੋੜੇ ਨੇ ਅੱਜ ਤੱਕ ਕਿਸੇ ਨੂੰ ਇਹ ਜਾਣ ਨਹੀਂ ਹੋਣ ਦਿੱਤਾ ਵੀ ਮੈਂ ਤੈਨੂੰ ਬਣਵਾਉਣ ਲੱਗਾ। ਮਾਨ ਸਿੰਘ SHO ਕਰਾਇਆ ਸੀ, ਜੇ ਕਿਸੇ ਨੂੰ 2 ਮਿੰਟ ਗੱਲ ਸੁਣ ਲਓ ਧਿਆਨ ਨਾਲ, 1998 ਉਹ ਬੰਦਾ ਹੁਸ਼ਿਆਰਪੁਰ ਚੋਂ ਤਲਵਾੜੇ ਬੈਂਕ ਡਕੈਤੀ ਹੋਈ ਹੈ, ਸਦਰ ਸੀਗਾ ਹੁਸ਼ਿਆਰਪੁਰ, ਉੱਥੋਂ ਆਏ ਉਹਨੂੰ ਮਾਰ ਲਿਆ, ਚਲੋ ਪੈਸੇ 4 ਲੈਂਦੇ ਹੋਣੇ, ਮੈਂ ਨੀ ਕਹਿੰਦਾ ਇਮਾਨ ਸਿੰਘ ਸੱਚਾ ਸੀ, ਲੈਂਦੇ ਹੋਣੇ, ਉਹਨੂੰ ਦਫ਼ਤਰ ਬੁਲਾਇਆ, ਚਲਾ ਕੇ 300 ਜਾਣਾ ਦੇ ਆਰਡਰ ਦੇ ਹੱਥ ਬਣਾ ਦਿੱਤੇ ਸੀ। ਉਹ ਕਹਿੰਦਾ ਯਾਰ ਘੱਟੋ ਘੱਟ ਮੇਰਾ ਪਸਤੌਲ ਤਾਂ ਮੈਨੂੰ ਕੋਈ ਘਰੋਂ ਵੈਪਨ ਚੱਕ ਲੈਂਦਾ, 2 ਰਿਸ਼ਤੇਦਾਰ ਬੁਲਾ ਲੈਂਦਾ, ਮੈਂ ਪਸਤੌਲ ਜਮ੍ਹਾਂ ਕਰਾ ਦੂੰ, ਕਹਿੰਦਾ ਇੱਥੇ ਰੱਖ। ਉਹ ਰੱਖਦਾ ਪਿੰਡ ਗਿਆ ਸ਼ਾਮ ਨੂੰ 4-8 ਵਜੇ ਆ ਕੇ ਗੋਲੀਆਂ ਮਾਰ ਕੇ ਉਹਨੂੰ ਮਾਰ ਗਿਆ। ਚਲੋ ਇਹ ਤਾਂ ਇਹਦੇ ਵਿੱਚ ਤਾਂ ਜਿਹੜਾ ਜੇ ਮੇਨ ਲਿਖਿਆ ਪਿੰਕੀ ਦੀਆਂ ਜਗਾਣਾ, ਉਹ ਮੇਨ ਸਾਰੀ ਜੋ ਅਸਲੀ ਹੈ ਪਿੰਕੀ ਦੀਆਂ ਝੰਗਾਣਾ, ਚੀਕਾਂ ਮਾਰ ਮਾਰ ਕੇ ਮੈਂ ਇਹ ਗੱਲ ਕਹਿ ਰਿਹਾ ਔਰ ਇਹਨੂੰ ਕੋਈ ਸੁਣ ਨੂੰ ਤਿਆਰ ਨਹੀਂ। ਜੇ ਸੱਚੇ ਨੇ ਜਿਹੜੇ ਐਲੀਗੇਸ਼ਨ ਅੱਜ ਵੀ ਲਾਏ ਨੇ, ਮੈਨੂੰ ਬੁਲਾ ਲਓ, ਦੱਸ ਭਾਈ ਕਿਹੜਾ ਬੰਦਾ ਮਾਰਿਆ ਜਿਹੜਾ ਤੂੰ ਕਹਿ ਰਿਹਾ, ਮੈਨੂੰ ਦਫ਼ਤਰ ਸੱਦ ਲੈਣ, ਸਾਰੇ ਪੱਤਰਕਾਰ ਸੱਦ ਲੈਣ, ਸਾਨੂੰ ਗੱਲ ਕਰ ਲੈਣ, ਉਸ ਗੱਲ ਤੇ ਨਹੀਂ ਹੁੰਦੇ, ਅੰਦਰ ਦੇਖ ਲਾਂਗੇ, ਗੰਨਮੈਨ ਮਿਲ ਲਾਂਗੇ, ਭੈਣ ਚੋ ਗੰਨਮੈਨ, ਫਿਰ ਮੈਂ ਮਰ ਜੂਗਾ ਗੰਨਮੈਨ, ਫਿਰ ਮੈਂ 4 ਬੰਦੇ ਨੂੰ ਰੋਟੀ ਖਵਾਉਣਾ, ਖਰਚਾ ਵੱਧਦਾ ਹੀ ਹੈ, ਜਿਹੜਾ ਘਰੋਂ ਨਿਕਲਣਾ ਉਹ ਮੈਂ ਆਪਣੇ ਹਿਸਾਬ ਨਾਲ ਦੇਖ ਲੈਣਾ, ਕਦੋਂ ਨਿਕਲਣਾ ਜੀ ਸਰਕਾਰੀ ਨੇ, ਉਸੇ ਗੱਲ ਤੋਂ ਵਾਰ ਵਾਰ ਥੱਕਦਾ, ਇਸੇ ਗੱਲ ਦਾ ਆ ਰਿਹਾ, ਇਹ ਕਰਦਾ ਉਹ ਕਰਦਾ, ਕਹਿੰਦਾ ਜੋ ਕਰਨਾ ਕਰ ਲਓ, ਚਲੋ ਕੋਈ ਗੱਲ ਨੀ। ਜੇ ਮੌਤ ਹੀ ਲਿਖੀ ਉਹ ਮਾਨ ਸਿੰਘ ਸ਼ਾਹ ਨੂੰ ਮਾਰਿਆ ਗਿਆ ਉੱਥੇ, ਇੱਕ ਸਾਬ ਇੰਸਪੈਕਟਰ ਮੋਹਨ ਸਿੰਘ ਸੀਗਾ ਜਿਹੜਾ SHO ਬਨੂੜ ਵੀ ਰਿਹਾ, ਉਹਨੇ ਬਬਲਾ ਫੜਿਆ ਸੀ, ਉਹਨੂੰ ਪਟਿਆਲੇ ਆਉਂਦੇ ਨੇ 311 ਲਾ ਕੇ ਡਿਸਮਿਸ ਕਰਤਾ, ਉਹ ਬਹੁਤ ਵਿਆਲ ਪਿੰਡਾਂ ਵਾਲੇ ਕੋਲ ਉੱਥੋਂ ਦਾ ਸੀ, ਅਮਰੀਕ ਕੌਡੀ ਨੂੰ ਉਹਨੇ ਫੜਿਆ ਸੀ, ਮੈਨੂੰ ਅਮਰੀਕ ਕੌਡੀ ਜਾ ਕੇ ਸ਼ਾਮ ਨੂੰ ਉਹਨੇ ਗੋਲੀਆਂ ਮਾਰ ਕੇ ਆਇਆ, ਉਹ ਬੰਦਾ ਨਹੀਂ ਸੀ, ਉਹ ਮਰ ਗਿਆ, ਇਹ ਕੀ ਕਰੂਗਾ, ਕੀ ਕਰੂਗਾ ਇਹ, ਜਿਹੜੀ ਦੁਨੀਆਂ ਇਹਨੇ ਮਰਵਾਈ ਹੈ ਕੀ ਇਹ ਮਹਾਰਾਜ ਤਾਂ ਦੇਖਦਾ ਹੀ ਹੈ, ਫਿਰ ਜੋ ਅਸੀਂ ਕੀਤਾ, ਮੈਂ ਤਾਂ ਕਹਿੰਦਾ ਸੀ ਜਿਵੇਂ ਸਜ਼ਾ ਭੁਗਤੀ ਹੈ,
ਮੈਂ ਗੀਤਾ ਪਾ ਲਿਆ ਆਪਣਾ, ਇਹ ਵੱਜਣਗੇ। ਉਹ ਮਹਾਰਾਜ ਦੇ ਘਰੇ ਦੇਰ ਜ਼ਰੂਰ ਹੈ, ਦੇਰ ਨਹੀਂ ਗਾ, ਇੱਕ ਨਾ ਇੱਕ ਦਿਨ ਸਜ਼ਾ ਮਿਲੇਗੀ ਇਸ ਗੁਰੂ ਦਾ।